ਬਹੁਤ ਜਿਹੜੀ ਆ ਉਹ ਪ੍ਰੋਬਲਮ ਹੁੰਦੀ ਹੈ ਮੈਸਟਰਬੇਸ਼ਨ ਦੀ ਕਹਿ ਲੋ ਕਿ ਆਦਤ ਪੈ ਜਾਂਦੀ ਹੈ ਜਾਂ ਫਿਰ ਬਹੁਤ ਸਾਰੇ ਜਿਹੜੇ ਨੇ ਉਹ ਕੋਈ ਨਾ ਕੋਈ ਨੁਕਸਾਨ ਖਰਾਬ ਬੈਠਦੇ ਨੇ ਆਪਣਾ ਬੜੀਆਂ ਥਾਵਾਂ ਤੇ ਜਦੋਂ ਨੈਟ ਤੇ ਸਰਚ ਕਰਦੇ ਹਨ ਤੇ ਉੱਥੇ ਸਾਹਮਣੇ ਆਉਂਦਾ ਹੈ ਕਿ ਜੀ ਇਹਦੇ ਬੈਨੀਫਿਟਸ ਵੀ ਬਹੁਤ ਨੇ ਕਿਤਾ ਬੱਚੇ ਕਹਿੰਦੇ ਨੇ ਕਿ ਠੀਕ ਹੈ ਤੇ ਬੈਨੀਫਿਟਸ ਨੇ ਕੋਈ ਗੱਲ ਨਹੀਂ ਕਰੀ ਚਲੋ ਇਹ ਬਿਲਕੁਲ ਨੋਰਮਲ ਪ੍ਰੋਸੈਸ ਨੇ ਜੀ ਪ੍ਰੋਪਗਨਿਓ ਹੀ ਬਣਾਏ ਹੋਏ ਨੇ ਜਿੰਨਾ ਕਿ ਦਿਲ ਕਰਦਾ ਹੈਗਾ ਪੇਸ਼ੈਂਟ ਦਾ ਉਨੀ ਕਰ ਸਕਦਾ ਹੈ ਇਹਦੇ ਨਾਲ ਤੁਹਾਡੀ ਆਫਟਰ ਮੈਰਿਜ ਲਾਈਫ ਤੇ ਤੁਹਾਡੀ ਨੋਰਮਲ ਸੈਕਸ਼ੁਅਲ ਲਾਈਫ ਤੇ ਕੋਈ ਫਰਕ ਨਹੀਂ ਪ ਕਿਸੇ ਨੂੰ ਆਦਤ ਨਹੀਂ ਲੱਗੀ ਕਿ ਉਹ ਓਵਰ ਹੋ ਗਿਆ ਕੰਮ ਤਾਂ ਉਹ ਬੜੀ ਵੀਕਨੈਸ ਬੋਡੀ ਦੇ ਵਿੱਚ ਆ ਜਾਂਦੀ ਹੈ ਮੈਰਿਟ ਪਰਸਨ ਨੂੰ ਇਹ ਕਦੇ ਕੁਐਸਚਨ ਨਹੀਂ ਕਰਦੇ ਵੀ ਹਾਂਜੀ ਤੁਸੀਂ ਹਫਤੇ ਦੇ ਵਿੱਚ ਸੈਕਸ ਇੰਨਾ ਜ਼ਿਆਦਾ ਕਿਉਂ ਕਰ ਰਹੇ ਤਾਂ ਫਿਰ ਮੈਸਟਿਬੇਸ਼ਨ ਜੀ ਵੀ ਇਹ ਕੁਐਸਚਨ ਨਹੀਂ ਆਣਾ ਚਾਹੀਦਾ ਇਹ ਨਹੀਂ ਹੈ ਕਿ ਮੈਸਟਿਬੇਸ਼ਨ ਕਰਨ ਨਾਲ ਆਪਣੇ ਸਰੀਰ 'ਚ ਕੋਈ ਪ੍ਰੋਟੀਨ ਨਿਕਲ ਰਿਹਾ ਹੈ ਜਾਂ ਕੋਈ ਕੋਈ ਸਰੀਰੀ ਕਮਜ਼ੋਰੀ ਆ ਜਾਏਗੀ ਐਦਾਂ ਦੀ ਗੱਲ ਨਹੀਂ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜੀ ਮੇਰਾ ਸਾਈਜ਼ ਬਹੁਤ ਛੋਟਾ ਹੈ ਬਟ ਕੀ ਉਹਦੇ ਨਾਲ ਅੱਗੇ ਜਾ ਕੇ ਮੈਰਿਡ ਲਾਈਫ ਤੇ ਕੋਈ ਫਰਕ ਪੈਂਦਾ ਹੈ ਅਪ ਟੂ ਦੀ ਏਜ ਆਫ 18 ইয়ার্স ਜੋ ਆਪਣਾ ਸਾਈਜ਼ ਫਾਈਨਲ ਹੋ ਗਿਆ ਹੈ ਦੇ ਰੋਪਰੋਡਕਟਿਵ ਆਰਗਨ ਦਾ ਉਹ ਉਨਾ ਹੀ ਰਹੇਗਾ ਉਹਨੂੰ ਆਪਾਂ ਘੱਟਵਾਦ ਨਹੀਂ ਕਰ ਸਕਦੇ ਹੈਗੇ ਜੇ ਆਪਾਂ ਸਾਇੰਟਿਫਿਕਲੀ ਗੱਲ ਕਰੀਏ ਤਾਂ ਇੱਕ ਹੈਲਦੀ ਮੈਰਿਡ ਲਾਈਫ ਵਾਸਤੇ ਜੋ ਪੀਨੀਸ ਸਾਈਜ਼ ਹੈ ਮਿਨੀਮਮ ਰਿਕੁਆਇਰਡ ਇਸ ਫੀਮੇਲ ਦੇ ਵਿੱਚ ਜਿਵੇਂ ਕਿ ਲੋਕ 55 ਦੀ ਏਜ ਐਵਰੇਜ ਆਪਾਂ ਮੰਨ ਕੇ ਚੱਲਦੇ ਹਾਂ ਕਿ ਮੀਨੋਪੌਜ਼ ਆ ਜਾਂਦਾ ਹੈ ਮੀਨੋਪੌਜ਼ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਵਿੱਚ ਐਗ ਬ ਪਰ ਮੇਲズ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਹੁੰਦੀ ਹੈ ਜੋ ਹੁਣ ਤੱਕ ਦੀ ਸਟੱਡੀਜ਼ ਆ ਉਹਦੇ ਸਾਬ ਨਾਲ ਅਪ ਟੂ 85 ਯੀਐਸਡੀ ਏਜ ਤੱਕ ਵੀ ਜਿਹੜੇ ਮੇਲ ਪੇਸ਼ੈਂਟਸ ਹੈਗੇ ਨੇ ਉਹ ਨਾਰਮਲ ਸੀਮਨ ਪ੍ਰੋਡਕਸ਼ਨ ਕਰਦੇ ਰਹਿੰਦੇ ਹੁੰਦੇ ਆ ਕਈ ਸਰ ਜਿਵੇਂ ਜਿੰਮ ਦੀ ਆਪਾਂ ਗੱਲ ਕੀਤੀ ਜਿੰਮ ਦੇ ਵਿੱਚ ਕਈ ਇੰਨਾਂ ਦੇ ਜਿਹੜੇ ਕਹਿੰ ਲੋ ਸਟੀਰੋਇਡਸ ਲੈਂਦੇ ਨੇ ਲੋਕ ਤੇ ਉਹਦੇ ਨਾਲ ਬਾਅਦ ਚ ਫਿਰ ਜਿਹੜਾ ਉਹ ਪ੍ਰੋਬਲਮ ਆਉਂਦੀ ਹੈ ਕੋ ਰਿਪਰੋਡਕਸ਼ਨ ਦੇ ਉੱਪਰ ਜੇ ਕੋਈ ਸਪਲੀਮੈਂਟ ਹੈਲਥ ਸਪਲੀਮੈਂਟ ਆਪਾਂ ਲੈਣਾ ਚਾਹੁੰਦੇ ਆ ਅਕੋਰਡਿੰਗ ਟੂ ਗਾਈਡਲਾਈਨਸ ਹੀ ਲੈਣਾ ਹੈ ਜੇ ਗਾਈਡਲਾਈਨਸ ਤੋਂ ਹਟ ਕੇ ਆਪਾਂ ਕੁਝ ਵੀ ਕਰਾਂਗੇ ਤਾਂ ਆਪਣੇ ਓਵਰਆਲ ਬੋਡੀ ਦੇ ਲਈ ਨੁਕਸਾਨ ਆਏਗਾ ਜਿਵੇਂ ਕਿ ਪਹਿਲਾਂ ਤੁਹਾਨੂੰ ਅਸੀਂ ਜਿਹੜਾ ਉਹ ਅਲੱਗ-ਅਲੱਗ ਡਾਕਟਰਜ਼ ਨਾਲ ਮਿਲਵਾਨੇ ਰਹਿੰਦੇ ਆ ਤੁਹਾਡੀ ਹੈਲਥ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਹੈਲਥ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਜਿਹੜਾ ਉਹ ਹੁੰਦਾ ਹੀ ਆ ਚਾਹੇ ਕਿਸੇ ਨਾ ਕਿਸੇ ਪ੍ਰੋਬਲਮ ਕਰਕੇ ਹੋਵੇ ਅੱਜ ਤੁਹਾਨੂੰ ਮਿਲਵਾਨਣ ਲੱਗੇ ਆ ਜੀ ਸਾਡੇ ਨਾਲ ਮੌਜੂਦ ਨੇ ਡਾਕਟਰ ਵਰੁਣ ਮਿੱਤਲ ਜੀ ਯੂਰੋਲੋਜੀ ਐਂਡ ਕਿਡਨੀ ਦੇ ਜਿਹੜੇ ਆ ਉਹ ਸਪੈਸ਼ਲਿਸਟ ਨੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਪੁੱਛਦੇ ਆ ਕਿਹੜੀ-ਕਿਹੜੀ ਪ੍ਰੋਬਲਮ ਜੜੀਆਂ ਉਹਦਾ ਸੋਲੂਸ਼ਨ ਜਿਹੜ ਮੈਂ ਜਾਣਨਾ ਚਾਹਾਂਗਾ ਤੁਸੀਂ ਯੂਰੋਲੋਜੀ ਦੇ ਸਪੈਸ਼ਲਿਸਟ ਹੋ ਸਭ ਤੋਂ ਪਹਿਲਾਂ ਤਾਂ ਕਿਹੜੀ ਕਿਹੜੀ ਪ੍ਰੋਬਲਮ ਜਿਹੜੀ ਹੈ ਉਹ ਯੂਰੋਲੋਜੀ ਦੇ ਅੰਡਰ ਆਉਂਦੀ ਹੈ ਤੁਸੀਂ ਟਰੀਟ ਕਰਦੇ ਹੋ ਤਾਂ ਬੇਸਿਕਲੀ ਯੂਰੋਲੋਜੀਸ ਦਾ ਕੰਮ ਹੈ ਜੀ ਕਿਡਨੀ ਦੇ ਜਿਹੜੀ ਇਨਫੈਕਸ਼ਨਸ ਤੇ ਕਿਡਨੀ ਦੇ ਜਿਹੜੀ ਬਿਮਾਰੀਆਂ ਨੇ ਜਿਦੇ ਲਈ ਕੋਈ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਬੇਸਿਕਲੀ ਇਹਨਾਂ ਦੀ ਬਿਮਾਰੀਆਂ ਦੇ ਰਿਗਾਰਡਿੰਗ ਯੂਰੋਲੋਜੀਸ ਹੁੰਦਾ ਕਿਡਨੀ ਸਟones ਕਿਡਨੀ ਟਿਊਮਰ ਯੂਰੇਟਰ ਦੇ ਯੂਰੇਟਿਕ ਸਟੋਨ ਹੋ ਗਏ ਬਲੈਡਰ ਦੀ ਕੋਈ ਪ੍ਰੋਬਲਮ ਹੈ ਬਲੈਡਰ ਦੇ ਵਿੱਚ ਸਟੋਨ ਹੈ ਜਾਂ ਬਲੈਡਰ ਦੇ ਵਿੱਚ ਕੋਈ ਟਿਊਮਰ ਹੈ ਉਸ ਤੋਂ ਬਾਅਦ ਪ੍ਰੋਸਟੇਟ ਹੈਲਥ ਦੇ ਲਈ ਯੂਰੋਲੋਜਿਸਟ ਇਨਵੋਲਵ ਰਹਿੰਦਾ ਹੈ ਜਾਂ ਫਿਰ ਮੇਲ ਰਿਪਰੋਡਕਟਿਵ ਆਰਗਨਸ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਯੂਰੋਲੋਜਿਸਟ ਦੇ ਅੰਡਰ ਹੀ ਆਉਂਦੇ ਨੇ ਮਤਲਬ ਆਪਾਂ ਕਹਿ ਲਈਏ ਲੇਮਨ ਲੈਂਗੁਏਜ ਦੇ ਵਿੱਚ ਕਿ ਜਦੋਂ ਇੱਕ ਬੰਦਾ ਖਾਣਾ ਖਾਂਦਾ ਉਹ ਪਚਨ ਤੋਂ ਬਾਅਦ ਜਿਹੜਾ ਕੰਮ ਹੈ ਉਹ ਸਾਰਾ ਯੂਰੋਲੋਜੀ ਦੇ ਅੰਡਰ ਆਏਗਾ ਕਿ ਜੋ ਕਿੱਥੇ ਨਿਕਲਣਾ ਰਿਮੂਵ ਹੋਣਾ ਹੈ ਜੁਰਿੰਦੇ ਕਿਡਨੀ ਦੇ ਯੂਰਿਨ ਦੇ ਰਿਕਾਰਡਿੰਗ ਆਪਾਂ ਕਹਿ ਸਕਦੇ ਹਾਂ ਸਰ ਕਿਡਨੀ ਦੀ ਤੁਸੀਂ ਗੱਲ ਕੀਤੀ ਕਿਡਨੀ ਸਟੋਨਸ ਦੀ ਅੱਜ ਕੱਲ ਗੱਲ ਕਰੀਏ ਤਾਂ ਬਹੁਤ ਕਾਮਨ ਹੈ ਮਤਲਬ ਆਮ ਆਪਾਂ ਪੰਜਾਬ ਦੇ ਵਿੱਚ ਦੇਖ ਲਈਏ ਤਾਂ ਹਰ ਤੀਜੇ ਚੌਥੇ ਬੰਦੇ ਨੂੰ ਜਿਹੜਾ ਕਿਡਨੀ ਸਟੋਨ ਦੀ ਪ੍ਰੋਬਲਮ ਹੁੰਦੀ ਹੈ ਇਹਦੇ ਬਾਰੇ ਥੋੜਾ ਜਿਹਾ ਮੈਂ ਜਾਣਨਾ ਚਾਹਾਂਗਾ ਕਿ ਵੀ ਇਹ ਕਿਉਂ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮ ਜਦੋਂ ਕਿਸੇ ਨੂੰ ਆਉਂਦੀ ਹੈ ਉਹਦਾ ਟਰੀਟਮੈਂਟ ਕੀ ਕੀ ਹੋ ਸਕਦੇ ਆ ਦੇ ਰਾਈਟ ਦੇਖੋ ਪੰਜਾਬ ਤੇ ਰਾਜਸਥਾਨ ਸਟੋਨ ਬੈਲਟ ਮੰਨਿਆ ਜਾਂਦਾ ਹੈ ਤਾਂ ਇਨ ਆਪਣੇ ਦੋ ਏਰੀਆ ਦੇ ਵਿੱਚ ਸਟੋਨ ਦਾ ਇਨਸੀਡੈਂਟ ਜ਼ਿਆਦਾ ਹੋਣ ਦੀ ਵਜ੍ਹਾ ਇੱਕ ਤਾਂ ਇਹ ਹੈ ਕਿ ਜਿਹੜਾ ਆਪਣਾ ਇਹ ਏਰੀਆ ਟ੍ਰੌਪੀਕਲ ਏਰੀਆ ਕਹਿੰਨੇ ਆਪਾਂ ਤਾਂ ਇਹਦੇ ਵਿੱਚ ਪਾਣੀ ਦੀ ਇਨਟੇਕ ਆਪਣੀ ਘਟਿਆ ਕਿਉਂਕਿ ਆਪਣਾ ਰਹਿਣਾ ਸੈਨਾ ਸੈਡੀੰਟਰੀ ਲਾਈਫਸਟਾਈਲ ਆਫਿਸ ਵਰਕਰ ਕਰਕੇ ਪਾਣੀ ਆਪਾਂ ਘੱਟ ਪੀਂਦੇ ਹਾਂ ਦੂਸਰਾ ਓਬੈਸਟੀ ਜੰਕ ਫੂਡ ਇਨਟੇਕ ਜ਼ਿਆਦਾ ਹੋਣਾ ਜਾਂ ਫਿਰ ਜਿਹੜੇ ਆਪਣੇ ਸੌਫਟ ਡਰਿੰਕਸ ਜ਼ਿਆਦਾ ਪੀਂਦੇ ਆਪਾਂ ਐਕਸਰਸਾਈਜ਼ ਘੱਟ ਹੋਣਾ ਇਹ ਸਭ ਫੈਕਟਰਸ ਲੀਡ ਕਰਦੇ ਨੇ ਜ਼ਿਆਦਾ ਕਿਡਨੀ ਸਟੋਨਸ ਨੂੰ ਤਾਂ ਮੋਸਟਲੀ ਆਪਾਂ ਕਹਿੰਨੇ ਕਿ ਕਿਡਨੀ ਸਟones ਦਾ ਦੇ ਲਈ ਆਪਾਂ ਕਹਿੰਨੇ ਕਿ ਵੀ ਸਾਈਜ਼ ਜ਼ਿਆਦਾ ਮੈਟਰ ਕਰਦਾ ਹੈ ਕਿ ਸਟੋਨ ਦਾ ਸਾਈਜ਼ ਕੀ ਹੈ ਤਾਂ ਲਗਭਗ ਆਪਾਂ 4 ਤੋਂ 6 mm ਤੱਕ ਦੀ ਪਥਰੀ ਆਪਾਂ ਕਹਿੰਨੇ ਕਿ ਮੈਡੀਸਿਨਸ ਦੇ ਨਾਲ ਆਪਾਂ 70-80% ਪੇਸ਼ੈਂਟਸ ਦੇ ਵਿੱਚ ਆਪਾਂ ਉਹਨਾਂ ਨੂੰ ਵਿਦਾਊਟ ਸਰਜਰੀ ਟਰੀਟ ਕਰ ਸਕਦੇ ਹਾਂ ਪਰ ਜਦੋਂ ਸਟੋਨ ਸਾਈਜ਼ ਜ਼ਿਆਦਾ ਹੈ ਤਾਂ ਮੰਨ ਕੇ ਚੱਲਦੇ ਹਾਂ ਆਪਾਂ ਕਿ ਆਲਮੋਸਟ 70-80% ਪੇਸ਼ੈਂਟਸ ਨੂੰ ਸਰਜੀ ਦੀ ਜ਼ਰੂਰਤ ਪੈਂਦੀ ਹੈ ਤਾਂ ਸਰਜਰੀ ਵੱਖ-ਵੱਖ ਤਰੀਕੇ ਦੀਆਂ ਜੀ ਜੋ ਪਹਿਲਾਂ ਦਾ ਯ era ਸੀ ਕਿ ਚੀਰੇ ਵਾਲਾ ਆਪਰੇਸ਼ਨ ਹੁਣੋਂ ਨਹੀਂ ਹੈ ਹੁਣ 99% ਸਰਜਰੀ ਜਿਹੜੀਆਂ ਕਿਡਨੀ ਸਟੋਨਸ ਹੀ ਹੈਗੇ ਆ ਬਗੈਰ ਚਰੇ ਡੰਕ ਕੇ ਦੀ ਹੁੰਦੀ ਹੈ ਤਾਂ ਪਹਿਲੇ ਦੇ ਟਾਈਮ ਦੇ ਵਿੱਚ ਜਦੋਂ ਕਿਡਨੀ ਦੇ ਵਿੱਚ ਸਟੋਨ ਹੁੰਦਾ ਸੀ ਤਾਂ ਇੱਕ ਸਰਜਰੀ ਆਪਸ਼ਨ ਹੁੰਦੀ ਸੀ ਪੀਸੀएनएल ਉਹਦੇ ਵਿੱਚ ਆਪਾਂ ਮਰੀਜ਼ ਦੇ ਪਿਛਲੇ ਪਾਸੇ ਇੱਕ 1.5 ਇੰਚ ਦਾ ਲਗਭਗ ਟੱਕ ਲੱਗਦਾ ਸੀਗਾ ਉਹਦੇ ਵਿੱਚ ਦੀ ਆਪਾਂ ਗੁਰਦੇ ਦੀ ਸੁਰਾਖ ਕਰਕੇ ਪੱਥਰੀ ਨੂੰ ਤੋੜ-ਤੋੜ ਕੇ ਕੱਢੀ ਦੱਸੀ ਇਹਨੂੰ ਪੀਸੀएनएल ਕਹਿੰਦੇ ਪਰ ਹੁੰ ਦਾ ਟਾਈਮ ਜੋ ਹੈ ਮਿਨੀਮਲ ਐਨਰਜੀ ਸਰਜਰੀ ਦਾ ਆਇਆ ਹੈ ਤਾਂ ਇਹਦੇ ਵਿੱਚ ਆਪਾਂ ਪਿਸ਼ਾਬ ਦੇ ਰਸਤੇ ਦੂਰਬਿੰਦ ਦੇ ਨਾਲ ਹੀ ਜਾਂਦੇ ਆਂ ਤੇ ਉਹਦੇ ਗੁਰਦੇ ਤੱਕ ਪਹੁੰਚ ਕੇ ਆਪਾਂ ਪਥਰੀ ਨੂੰ ਦੇਖ ਕੇ ਉਹਨੂੰ ਲੇਜ਼ਰ ਦੇ ਨਾਲ ਬਿਲਕੁਲ ਪਾਊਡਰ ਕਰ ਦਿੰਦੇ ਆ ਤਾਂ ਇਹ ਲੇਟੈਸਟ ਟੈਕਨੀਕ ਆ ਹੁੰਦੀ ਹੈ ਇਹ ਕਿਡਨੀ ਸਟੋਨ ਵਾਸਤੇ ਇਹਨੂੰ ਕਹਿੰਦੇ ਆਪਾਂ ਆਰ 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 ਐਸ ਰੈਟ੍ਰੋਗ੍ਰੇਡ ਇੰਟਰਾ ਰੀਨਲ ਸਰਜਰੀ ਇਹਦੇ ਵਿੱਚ ਕੋਈ ਚੀਰਾ ਟੰਗਾ ਨਹੀਂ ਲੱਗਦਾ ਪੇਸ਼ੈਂਟ ਦੇ ਪੇਸ਼ੈਂਟ ਦਾ ਜਿਹੜਾ ਹਸਪੀਟਲ ਸਟੇ ਆ ਉਹ ਮਿਨੀਮਮ ਹੈ ਮੋਸਟਲੀ ਪੇਸ਼ੈਂਟਸ ਨੂੰ ਆਪਾਂ ਨੈਕਸਟ ਡੇ ਸਰਜਰੀ ਦੇ ਡਿਸਚਾਰਜ ਕਰ ਦਿੰਦੇ ਆ ਤੋ ਉਸ ਤੋਂ ਅਗਲੇ ਦਿਨ ਪੇਸ਼ੈਂਟ ਆਪਣੀ ਰੂਟੀਨ ਫੋਲੋ ਕਰ ਸਕਦਾ ਮਤਲਬ ਆਪਣਾ ਆਫਿਸ ਵਰਕ ਵਗੈਰਾ ਉਹ ਬਿਲਕੁਲ ਆਰਾਮ ਨਾਲ ਕਰ ਸਕਦੇ ਆ ਸਰੱਚ ਗੱਲ ਕਰੀਏ ਤਾਂ ਮੇਨ ਰੀਜ਼ਨ ਕੀ ਮੰਨਿਆ ਗਿਆ ਕਿ ਅਗਰ ਸਟੋਨ ਹੁੰਦਾ ਕਿਸੇ ਬੰਦੇ ਨੂੰ ਤਾਂ ਉਹ ਪਹਿਲਾਂ ਹੀ ਆਪਣਾ ਧਿਆਨ ਰੱਖ ਲਵੇ ਨਾ ਹੀ ਹੋਵੇ ਉਹਨੂੰ ਪੋਸਿਬਿਲਟੀ ਇਦਾਂ ਦੀ ਹੈਗੀ ਹਾਂ ਬਿਲਕੁਲ ਦੇਖੋ ਇੱਕ ਦਾਮ ਹੈ ਜਿਵੇਂ ਦੱਸਿਆ ਜੀ ਪਾਣੀ ਦੀ ਇਨਟੇਕ ਆਪਣੀ ਨਾਰਮਲ ਰੱਖੋ ਨਾਰਮਲ ਦਾ ਮਤਲਬ ਹੈ ਕਿ ਆਫਿਸ ਵਰਕ ਵਾਲੇ ਬੰਦੇ ਨੂੰ ਘੱਟੋ ਘੱਟ 4 ਲੀਟਰ ਦੀ ਲਿਕੁਇਡ ਇਨਟੇਕ ਰੱਖਣੀ ਚਾਹੀਦੀ ਹੈ ਕਿ ਪਾਣੀ ਜੂਸ ਲੱਸੀ ਇਹਦੇ ਵਿੱਚ ਆਪਾਂ ਲਿਕੁਇਡ ਕੁਝ ਵੀ ਕਾਊਂਟ ਕਰ ਸਕਦੇ ਹਾਂ ਕਿ ਉਹਦੀ ਇਨਟੇਕ 3 ਤੋਂ 4 ਲੀਟਰ ਮਿਨੀਮਮ ਹੋਵੇ ਜੇ ਆਫਿਸ ਵਰਕ ਹੈ ਇਹ ਮਿਹਨਤ ਵਾਲਾ ਕੰਮ ਹੈ ਵੀ ਜਿਹਦੇ ਵਿੱਚ ਪਸੀਨਾ ਜ਼ਿਆਦਾ ਆ ਰਿਹਾ ਹੈ ਤਾਂ ਉਹਦੇ ਵਿੱਚ ਜਿਹੜੀ ਲਿਕੁਇਡ ਇਨਟੇਕ ਹੈ ਉਹ ਤਕਰੀਬਨ 6 ਤੋਂ 7 ਲੀਟਰ ਤੱਕ ਵੀ ਆਪਾਂ ਨੂੰ ਰੱਖਣੀ ਪੈਂਦੀ ਹੈ ਮਤਲਬ ਕਹਿੰਦਾ ਕਿ ਜੋ ਲਿਕੁਇਡ ਇਨਟੇਕ ਇੰਨੀ ਹੋਵੇ ਕਿ ਜਿਹੜਾ ਯੂਰਿਨ ਦਾ ਕਲਰ ਹੈ ਉਹ ਬਿਲਕੁਲ ਪਾਣੀ ਦੇ ਰੰਗ ਦਾ ਹੋਵੇ ਬਲਕਿ ਯੈਲੋਇਸ਼ ਰੰਗ ਨਾ ਹੋਵੇ ਜਿਵੇਂ ਪਾਣੀ ਹੁੰਦਾ ਆਪਣਾ ਪਾਣੀ ਦਾ ਰੰਗ ਹੁੰਦਾ ਉਸ ਤਰ੍ਹਾਂ ਦਾ ਰੰਗ ਹੋਣਾ ਚਾਹੀਦਾ ਤਾਂ ਉਸ ਤੋਂ ਬਾਅਦ ਐਕਸਰਸਾਈਜ਼ ਇੱਕ ਮੇਜਰ ਹੈਗਾ ਜੀ ਐਕਸਰਸਾਈਜ਼ ਜੇ ਆਪਾਂ ਕਰਦੇ ਆ ਤਾਂ ਉਹਦੇ ਨਾਲ ਵੀ ਕਿਡਨੀ ਸਟੋਨ ਦੇ ਚਾਂਸਸ ਘਟਦੇ ਨੇ ਦੂਸਰਾ ਜੰਗ ਫੂਡ ਇਨਟੇਕ ਘਟ ਰੱਖੋ ਉਹਦੇ ਨਾਲ ਵੀ ਕਿਡਨੀ ਸਟੋਨ ਦੇ ਚਾਂਸਸ ਘਟਦੇ ਸਰ ਸਟੋਨਸ ਦਾ ਤੁਸੀਂ ਦੱਸਿਆ ਕਿ ਇਹਦੇ ਵਿੱਚ ਨਾ ਕਈ ਲੋਕਾਂ ਦੀ ਇਹ ਵੀ ਮੰਨਣਾ ਹੁੰਦਾ ਹੈ ਕਿ ਜੇ ਕੋਈ ਇਦਾਂ ਦੀ ਜਗ੍ਹਾ ਤੇ ਕੋਈ ਬੰਦਾ ਰਹਿ ਰਿਹਾ ਜਿੱਥੇ ਕਿ ਰੇਤਾ ਜਾਂ ਮਿੱਟੀ ਬਹੁਤ ਉੱਡਦੀ ਆ ਤਾਂ ਉਹ ਸਾਹ ਨਾਲ ਅੰਦਰ ਚਲਾ ਗਿਆ ਜਾਂ ਖਾਣ ਪੀਣ ਦੀ ਗੱਲ ਕਰੀ ਤਾਂ ਕਈ ਲੋਕ ਕਹਿੰਦੇ ਨੇ ਕਿ ਚਾਵਲ ਜ਼ਿਆਦਾ ਜਾਂ ਟਮਾਟਰ ਖਾਣ ਨਾਲ ਉਹਦੇ ਬੀਜ ਜਿਹੜੇ ਹੁੰਦੇ ਨੇ ਉਹਦੇ ਨਾਲ ਉਹਦੇ ਨਾਲ ਸਟੋਨਸ ਹੋ ਜਾਂਦੇ ਨੇ ਕਿ ਇਦਾਂ ਦਾ ਕੁਝ ਹੁੰਦਾ ਨਹੀਂ ਸਰ ਦੇਖੋ ਇਹ ਬਿਲਕੁਲ ਮਿਥ ਹੈ ਜੀ ਜਿਹੜਾ ਆਪਾਂ ਰੇਤਾ ਜਾਂ ਮਿੱਟੀ ਜੋ ਵੀ ਆਪਾਂ ਮੰਨ ਲਓ ਇਨਹੇਲ ਕਰ ਰਹੇ ਆ ਉਹ ਆਪਣੀ ਫੇਫੜਿਆਂ ਲਈ ਜ਼ਰੂਰ ਨੁਕਸਾਨ ਆਏਗਾ ਪਰ ਉਹਦੇ ਨਾਲ ਕਿਡਨੀ ਸਟੋਨ ਬੰਨੇ ਦੇ ਚਾਂਸਸ ਨਹੀਂ ਪਰ ਹਾਂ ਇਹ ਕਿ ਵੀ ਜਿਵੇਂ ਆਪਾਂ ਪਿਆਜ਼ ਟਮਾਟਰ ਦੀ ਗੱਲ ਕਰ ਰਹੇ ਆ ਚਾਵਲ ਟਮਾਟਰ ਦੀ ਗੱਲ ਕਰ ਰਹੇ ਆ ਤਾਂ ਉਹਦੇ ਨਾਲ ਵੀ ਸਟੋਨ ਇਨਸੀਡੈਂਸ ਨਹੀਂ ਵਧੇਗਾ ਜੇ ਆਪਣਾ ਲਿਕੁਇਡ ਇੰਟੇਕ ਅੱਛਾ ਕਸਾ ਹੈ ਠੀਕ ਹੈ ਇੱਕ ਸਿੰਪਲ ਜਿਹਾ ਫੰਡਾ ਜੀ ਜਿਵੇਂ ਇੱਕ ਗਲਾਸ ਦੇ ਵਿੱਚ ਆਪਾਂ ਜੇ ਮੰਨ ਲਓ ਚੀਨੀ ਘੋਲਣ ਲੱਗ ਜਾਈਏ ਤਾਂ 2 ਜਾਂ 3 ਚਮਚ ਆਪਾਂ ਰਾਮ ਨਾਲ ਘੋਲਾਂਗੇ ਪਰ ਉਸ ਤੋਂ ਵਜ਼ਾਦਾ ਚੀਨੀ ਆਪਾਂ ਨਹੀਂ ਘੋਲ ਪਾਵਾਂਗੇ ਜਦ ਤੱਕ ਉਹਨੂੰ ਪਾਣੀ ਨੂੰ ਆਪਾਂ ਗਰਮ ਨਹੀਂ ਕਰਾਂਗੇ ਤਾਂ ਗੁਰਦੇ ਦਾ ਵੀ ਆਪਣਾ ਇਹੀ ਸਾਬ ਹੈ ਕਿ ਗੁਰਦੇ ਨੇ ਇੱਕ ਉਹਦਾ ਕੰਮ ਹੈ ਪਿਸ਼ਾਬ ਬਣਾਣਾ ਜਿਹੜੇ ਕੈਲਸ਼ੀਅਮ ਆਕਸੀਲੇਟ ਜਿਹੜੇ ਵੀ ਸਾਲਟ ਜਿੰਨਾ ਕਰਕੇ ਸਟੋਨ ਬੰਦੇ ਨੇ ਉਹ ਨਾਰਮਲੀ ਆਪਣੇ ਯੂਰਿਨ ਦੇ ਵਿੱਚ ਐਕਸਕਰੀਟ ਹੁੰਦੇ ਨੇ ਜਦੋਂ ਆਪਾਂ ਪਾਣੀ ਜ਼ਿਆਦਾ ਪੀਵਾਂਗੇ ਤਾਂ ਪਿਸ਼ਾਬ ਜ਼ਿਆਦਾ ਬਣੇਗਾ ਤਾਂ ਜਿਹੜੇ ਉਹ ਸਾਲਟ ਨੇ ਉਹ ਡਿਜ਼ੋਲਵ ਹੋ ਕੇ ਯੂਰਿਨ ਦੇ ਵਿੱਚ ਨਿਕਲਦੇ ਰਹਿਣਗੇ ਜੇ ਆਪਾਂ ਪਾਣੀ ਘੱਟ ਪੀਵਾਂਗੇ ਤਾਂ ਯੂਰਿਨ ਦੀ ਮਾਤਰਾ ਘਟੇਗੀ ਤਾਂ ਉਹਦੇ ਨਾਲ ਜਿਹੜੇ ਉਹ ਸਾਲਟ ਨੇ ਉਹ ਪ੍ਰੈਸੀਪਿਟੇਟ ਹੋਣਗੇ ਉਹਦੇ ਨਾਲ ਫਿਰ ਸਟੋਨ ਬਣਨ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਸਰ ਇਕਨਾ ਛੋਟੇ ਬੱਚਾ ਚਲੋ ਇਹ ਚੀਜ਼ ਨਾਰਮਲ ਹੁੰਦੀ ਹੈ ਬਟ ਇੱਕ ਏਜ ਤੋਂ ਬਾਅਦ ਜਾ ਕੇ ਵੀ ਨਾ ਕਈਆਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਯੂਰੀਨ ਜਿਵੇਂ ਪਾਸ ਕਰਨਾ ਹੁੰਦਾ ਹੈ ਤਾਂ ਬੱਚਿਆਂ ਨੂੰ ਜਿਹੜਾ ਪਤਾ ਨਹੀਂ ਲੱਗਦਾ ਉਹ ਰੋਕ ਨਹੀਂ ਪਾਉਂਦੇ ਉਹ ਵਿੱਚ ਹੀ ਨਿਕਲ ਜਾਂਦਾ ਯੂਰੀਨ ਤਾਂ ਉਹਦਾ ਕੀ ਰੀਜ਼ਨ ਹੋ ਸਕਦਾ ਦੇਖੋ ਇਹ ਇੱਕ ਚੀਜ਼ ਹੈ ਜੀ ਨੋਕਟਰਨਲ ਐਨਿਊਰਸਿਸ ਗੈਨਿਆਪਾ ਨੂੰ ਕਿ ਬੱਚਾ ਜਦੋਂ ਡੀਪ ਸਲੀਪ ਚ ਹੁੰਦਾ ਹੈ ਤਾਂ ਉਹਦੀ ਬੈਡ ਵੈਟਿੰਗ ਹੋ ਜਾਂਦੀ ਹੈ ਤਾਂ ਇਹ ਇੱਕ ਪਾਰਟਿਕੂਲਰ ਏਜ ਤੱਕ ਆਪਾਂ ਫਿਜ਼ੀਓਲੋਜੀਕਲ ਮੰਨਦੇ ਹਾਂ ਕਿ ਰੱਬ ਨੇ ਜਿਵੇਂ ਕਹ ਲੋ ਸਭ ਬੱਚੇ ਸੇਮ ਨਹੀਂ ਬਣਾਏ ਹੈਗੇ ਜਿਹੜਾ ਆਪਣਾ ਯੂਰਿਨ ਕੰਟਰੋਲ ਕਰਨ ਦਾ ਜਿਹੜਾ ਹੈਗਾ ਸਫਿੰਗਟਰ ਹੈ ਉਹਨੂੰ ਆਪਣਾ ਇੱਕ ਬ੍ਰੇਨ ਦਾ ਇੱਕ ਹਿੱਸਾ ਕੰਟਰੋਲ ਕਰਦਾ ਤਾਂ 10% ਬੱਚੇ ਜਿਹੜੇ ਹੈਗੇ ਨੇ ਤਕਰੀਬਨ 15 16 ਸਾਲ ਦੀ ਉਮਰ ਤੱਕ ਫਿਜ਼ੀਓਲੋਜੀਕਲ ਨੋਕਟਰਨਲ ਐਨਿਊਰੈਸਿਸ ਆਪ ਬੈਡ ਵੈਟਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ 10% ਬੱਚਿਆਂ 'ਚ ਜਿਹੜੀ ਕਿ ਜਿਵੇਂ ਜਿਵੇਂ ਬੱਚੇ ਦੀ ਉਮਰ ਵੱਡੀ ਹੈ ਤਾਂ ਉਹ ਠੀਕ ਹੁੰਦੀ ਜਾਂਦੀ ਹੈ ਇਹ ਵਜ੍ਹਾ ਹੁੰਦੀ ਹੈ ਕਿ ਜਦੋਂ ਬੱਚਾ ਡੀਪ ਸਲੀਪ 'ਚ ਜਾਂਦਾ ਹੈ ਤਾਂ ਉਹਦਾ ਜਿਹੜਾ ਉਹ ਬ੍ਰੇਨ ਦਾ ਇੱਕ ਪਾਰਟਿਕੂਲਰ ਹਿੱਸਾ ਹੈ ਉਹ ਵੀ ਇੱਕ ਤਰ੍ਹਾਂ ਨਾਲ ਡੀਪ ਸਲੀਪ ਚਲਾ ਜਾਂਦਾ ਹੈ ਜਿਸ ਦੇ ਕਰਕੇ ਕਿ ਉਹ ਬੱਚੇ ਦੇ ਵਿੱਚ ਬੈਡ ਵੈਟਿੰਗ ਹੋ ਜਾਂਦੀ ਹੈ ਤਾਂ 90% ਬੱਚੇ ਜਿਹੜੇ ਹੈਗੇ ਆ ਤਕਰੀਬਨ 16-17 ਦੀ ਏਜ ਤੱਕ ਆਂਦੇ ਆਂਦੇ ਠੀਕ ਹੋ ਜਾਂਦੇ ਨੇ ਕੁਝ ਕਿ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ ਇਸ ਸੇਰ ਤੋਂ ਬਾਅਦ ਵੀ ਠੀਕ ਨਹੀਂ ਹੁੰਦੀ ਉਹਨਾਂ ਬੱਚਿਆਂ ਨੂੰ ਫਿਰ ਆਪਾਂ ਈਵੈਲਿਊਏਟ ਕਰਦੇ ਆ ਕਿ ਵਜ੍ਹਾ ਕੀ ਹੈ ਵੀ ਕੰਟਰੋਲ ਕਿਉਂ ਨਹੀਂ ਆ ਰਿਹਾ ਕਈ ਵਾਰੀ ਬ੍ਰੇਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕਈ ਵਾਰੀ ਸਪਾਈਨ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕਈ ਵਾਰੀ ਬੱਚੇ ਦੀ ਪਾਟੀ ਟ੍ਰੇਨਿੰਗ ਨਹੀਂ ਪ੍ਰੋਪਰ ਹੋ ਪਈ ਹੁੰਦੀ ਹੈ ਉਹਦੇ ਕਰਕੇ ਵੀ ਇਹ ਪ੍ਰੋਬਲਮ ਆਂਦੀ ਹੈ ਤੇ ਇਹ ਜਿਵੇਂ ਜਿਵੇਂ ਏਜ ਵੱਧੀ ਹੁੰਦੀ ਹੈ ਵੱਧੀ ਹੈ ਤਾਂ ਵੱਡਿਆਂ ਦੇ ਵਿੱਚ ਵੀ ਦੇਖੀ ਗਈ ਹੈ ਪ੍ਰੋਬਲਮ ਕਿਤੇ ਨਾ ਕਿਤੇ ਆ ਜਾਂਦੀ ਹੈ ਕਿ ਉਸ ਟਾਈਮ ਦੁਆਰਾ ਫਿਰ ਬ੍ਰੇਨ ਦਾ ਉਹ ਹਿੱਸਾ ਜਿਹੜਾ ਵਰਕ ਕਰਨਾ ਬੰਦ ਕਰ ਦਿੰਦਾ ਜੀ ਨਹੀਂ ਦੇਖੋ ਜਦੋਂ 50 ਦੀ ਏਜ ਤੋਂ ਬਾਅਦ ਇਹ ਪ੍ਰੋਬਲਮ ਆਣੀ ਸ਼ੁਰੂ ਹੁੰਦੀ ਹੈ ਤਾਂ ਮੋਸਟਲੀ ਉਹ ਪੇਸ਼ੈਂਟ ਦੇ ਵਿੱਚ ਹੋ ਰਹੀ ਹੁੰਦੀ ਹੈ ਓਵਰਫਲੋ ਇਨਕੰਟਿਨੈਂਸ ਜਾਂ ਫਿਰ ਆਪਾਂ ਕਹਿੰਦੇ ਕਿ ਅਰਜਿੰਗ ਇਨਕੰਟਿਨੈਂਸ ਉਹਦੀ ਵਜ੍ਹਾ ਮੋਸਟਲੀ ਹੁੰਦੀ ਹੈ ਪ੍ਰੋਸਟੇਟ ਮੇਲ ਪੇਸ਼ੈਂਟਸ ਦੀ ਜੇ ਆਪਾਂ ਗੱਲ ਕਰੀ ਤਾਂ ਉਹ ਪ੍ਰੋਸਟੇਟ ਕਰਕੇ ਪੇਸ਼ੈਂਟ ਦਾ ਜਾਂ ਤਾਂ ਬਲੇਡਰ ਪੂਰਾ ਖਾਲੀ ਨਹੀਂ ਹੋ ਰਿਹਾ ਹੁੰ ਜਾਂ ਫਿਰ ਉਹਨਾਂ ਦੀ ਜਿਹੜੀ ਕੰਟਰੋਲ ਕਰਨ ਦੀ ਸ਼ਮਤਾ ਹੈ ਪ੍ਰੋਸਟੇਟ ਦੇ ਸਾਈਜ਼ ਵਧਣ ਕਰਕੇ ਉਹ ਜਿਹੜੀ ਸ਼ਮਤਾ ਘਟ ਜਾਂਦੀ ਹੈ ਜਿਹਦੇ ਕਰਕੇ ਕਿ ਉਹ ਪਿਸ਼ਾਬ ਦਾ ਕੰਟਰੋਲ ਘਟ ਜਾਂਦਾ ਹੈ ਰਾਤ ਨੂੰ ਪੇਸ਼ੈਂਟ ਕਹਿੰਦਾ ਕਿ ਮੇਰਾ ਜੋ ਮੈਂ ਬਾਥਰੂਮ ਤੱਕ ਪਹੁੰਚ ਨਹੀਂ ਪਾਉਂਦਾਗਾ ਰਸਤੇ ਦੇ ਵਿੱਚ ਹੀ ਮੇਰਾ ਪਿਸ਼ਾਬ ਨਿਕਲ ਜਾਂਦਾ ਹੈ ਤਾਂ ਉਹਨਾਂ ਪੇਸ਼ੈਂਟਸ ਨੂੰ ਅਕੋਰਡਿੰਗ ਟੂ ਪ੍ਰੋਸਟੇਟ ਆਪਾਂ ਟਰੀਟ ਕਰੀਦਾ ਕਿ ਮੈਡੀਸਿਨ ਨਾਲ ਟਰੀਟ ਕਰ ਸਕਦੇ ਹਾਂ ਆਪਾਂ ਜਾਂ ਉਹਨਾਂ ਨੂੰ ਕੋਈ ਸਰਜਰੀ ਦੀ ਜ਼ਰੂਰਤ ਹੈ ਸਰ ਪ੍ਰੋਸਟੇਟ ਦੀ ਗੱਲ ਕੀਤੀ ਆਪਾਂ ਤਾਂ ਉਹਦਾ ਵੀ ਜ਼ਰੂਰ ਦੱਸੋ ਇੱਕ ਵਾਰੀ ਕਿ ਜਿਵੇਂ ਜਿਵੇਂ ਏਜ ਵੱਡੀ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਕੀ ਪ੍ਰੋਬਲਮਸ ਜਿਹੜੀਆਂ ਨੇ ਪੇਸ਼ੈਂਟਸ ਦੇਖਣ ਨੂੰ ਮਿਲਦੀਆਂ ਨੇ ਦੇਖੋ ਪ੍ਰੋਸਟੇਟਿਕ ਨਾਰਮਲ रिप्रोडक्टिव organ ਹੈ ਮੇਲ ਪੇਸ਼IENTS ਵਾਸਤੇ ਤਾਂ ਇਹਦਾ ਕੰਮ ਹੈ ਕਿ ਆਪਣੇ ਸੀਮਨ ਦਾ ਕੁਝ ਹਿੱਸਾ ਪ੍ਰੋਸਟੇਟ ਨੇ ਬਣਾਉਣਾ ਹੁੰਦਾ ਤਾਂ ਜਦੋਂ ਮੇਲ ਪੇਸ਼ੈਂਟ 45 50 ਦੀ ਏਜ ਕ੍ਰੋਸ ਕਰਦਾ ਹੈ ਤਾਂ ਪ੍ਰੋਸਟੇਟ ਦਾ ਸਾਈਜ਼ ਜ਼ਰੂਰੀ ਨਹੀਂ ਹੈ ਕਿ ਕਿਸ ਸਪੀਡ ਨਾਲ ਵਧੇਗਾ ਹਰ ਪੇਸ਼ੈਂਟ ਦੇ ਵਿੱਚ ਡਿਫਰੈਂਟ ਹੈ ਕਿਸੇ ਦੇ ਵਿੱਚ ਜ਼ਿਆਦਾ ਵੱਧਦਾ ਹੈ ਕਿਸੇ ਵਿੱਚ ਘੱਟ ਵੱਧਦਾ ਹੈ ਇਹ ਵੀ ਜ਼ਰੂਰੀ ਨਹੀਂ ਹੈ ਕਿ ਸਭ ਨੂੰ ਟ੍ਰੀਟਮੈਂਟ ਦੀ ਕੋਈ ਖਾਸ ਲੋੜ ਪਈਗੀ ਜਿਹੜੇ ਪੇਸ਼ੈਂਟਸ ਨੂੰ ਯੂਰਿਨ ਕਰਨ ਦੇ ਵਿੱਚ ਪ੍ਰੋਬਲਮ ਆਂਦੀ ਹੈ 50 ਦੀ ਏਜ ਤੋਂ ਬਾਅਦ ਤਾਂ ਉਹਨਾਂ ਦੇ ਵਿੱਚ ਆਪਾਂ ਈਵੈਲਿਊਏਟ ਕਰਦੇ ਹਾਂ ਕਿ ਵੀ ਹਾਂਜੀ ਪ੍ਰੋਸਟੇਟ ਤਾਂ ਨਹੀਂ ਤੰਗ ਕਰ ਰਿਹਾ ਤਾਂ ਇਹਨੂੰ ਇੱਕ ਆਪਾਂ ਐਨੂਅਲ ਸਕ੍ਰੀਨਿੰਗ ਦੇ ਤੌਰ ਤੇ ਮੰਨਦੇ ਹਾਂ ਕਿ ਵੀ ਹਾਂਜੀ ਸਾਲ ਦੇ ਵਿੱਚ ਇੱਕ ਵਾਰੀ ਜੇ ਤੁਹਾਨੂੰ ਪ੍ਰੋਸਟੇਟ ਦੀ ਕੋਈ ਪ੍ਰੋਬਲਮ ਹੈ ਤਾਂ ਇੱਕ ਵਾਰੀ ਯੂਰੋਲੋਜੀਸ ਤੋਂ ਸਾਲ ਦੇ ਵਿੱਚ ਜ਼ਰੂਰ ਚੈੱਕਅਪ ਕਰਾਓ ਉਹਦਾ ਮਕਸਦ ਇਹ ਹੈ ਕਿ ਵੀ ਜਿਹੜੇ ਜਿਵੇਂ ਕਹ ਲੋ ਵੀ ਜਿਹੜਾ ਪ੍ਰੋਸਟੇਟ ਕੈਂਸਰ ਦਾ ਜਿਹੜਾ ਰਿਸਕ ਹੈਗਾ ਉਹਨੂੰ ਆਪਾਂ ਇੱਕ ਕਵਰ ਕਰਨਾ ਚਾਹੁੰਦੇ ਆ ਕਿ ਆਪਾਂ ਉਹਨੂੰ ਇਨੀਸ਼ੀਅਲ ਸਟੇਜ ਦੇ ਵਿੱਚ ਫੜ ਸਕੀਏ ਤਾਂ ਕਿ ਜੇ ਐਨੂਅਲ ਸਕਰੀਨਿੰਗ ਆਪਾਂ ਪੇਸ਼ੀਐਂਟ ਦੀ ਕਰ ਰਹੇ ਹਾਂ ਸਰ ਕੋਈ ਇਦਾਂ ਦਾ ਪਹਿਲਾਂ ਕੋਈ ਚੀਜ਼ ਹੈਗੀ ਹੈ ਵੀ ਜੇ ਅੱਗੇ ਜਾ ਕੇ ਕੈਂਸਰ ਨਾ ਹੋਵੇ ਤੇ ਬੰਦਾ ਪਹਿਲਾਂ ਹੀ ਆਪਣਾ ਉਸ ਚੀਜ਼ ਨੂੰ ਧਿਆਨ ਰੱਖ ਕੇ ਪ੍ਰੋਸਟੇਟ ਦੀ ਜਿਹੜੀ ਹੈਲਥ ਉਸ ਤਰੀਕੇ ਨਾਲ ਉਹਨੂੰ ਪਹਿਲਾਂ ਸੇਵ ਕਰ ਲਈਏ ਆਪਾਂ ਜੀ ਦੇਖੋ ਇਹਦੇ ਵਿੱਚ ਮੋਸਟਲੀ ਦੇਖਿਆ ਗਿਆ ਜੀ স্মੋਕਿੰਗ ਅਲਕੋਹਲ ਤੇ ਓਬੈਸਟੀ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਦੇਖਿਆ ਗਈਆਂ ਕਿ ਪ੍ਰੋਸਟੇਟ ਕੈਂਸਰ ਦਾ ਰਿਸਕ ਵਧਾਉਂਦੀਆਂ ਨੇ ਤਾਂ ਜਿਵੇਂ ਆਪਾਂ স্মੋਕਿੰਗ ਬ ਅਲਕੋਹਲ ਇਨਟੇਕ ਜਿਹੜੀ ਹੈਗੀ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਜੀ ਓਬੈਸਟੀ ਲਈ ਪੇਸ਼ੈਂਟ ਨੂੰ ਐਕਸਰਸਾਈਜ਼ ਰੈਗੂਲਰ ਕਰਨੀ ਚਾਹੀਦੀ ਹੈ ਉਹਦੇ ਨਾਲ ਪ੍ਰੋਸਟੇਟ ਕੈਂਸਰ ਦਾ ਰਿਸਕ ਘਟਦਾ ਪਰ ਜੇ ਆਪਾਂ ਸੋਚੀਏ ਪ੍ਰੋਸਟੇਟ ਸਾਈਜ਼ ਦੇ ਵਿੱਚ ਉਹਦੇ 'ਚ ਕੋਈ ਫਰਕ ਪਏਗਾ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਨਾ ਹੀ ਪ੍ਰੋਸਟੇਟ ਸਾਈਜ਼ ਦਾ ਪ੍ਰੋਸਟੇਟ ਕੈਂਸਰ ਦੇ ਨਾਲ ਕੋਈ ਰਿਲੇਸ਼ਨ ਹੈ ਮਤਲਬ ਕਿ ਜੇ ਇੱਕ ਪ੍ਰੋਸਟੇਟ ਸਾਈਜ਼ ਇੱਕ ਪੇਸ਼ੈਂਟ 'ਚ 200 ਗ੍ਰਾਮ ਹੈ ਇੱਕ ਪੇਸ਼ੈਂਟ 'ਚ 50 ਗ੍ਰਾਮ ਹੈ ਤੇ ਇਹ ਨਹੀਂ ਹੈ ਕਿ 200 ਗ੍ਰਾਮ ਵਾਲੇ ਪੇਸ਼ੈਂਟ ਦੇ ਵਿੱਚ ਪ੍ਰੋਸਟੇਟ ਕੈਂਸਰ ਹੋਣ ਦੇ ਚਾਂਸਸ ਜ਼ਿਆਦਾ ਨੇ ਸਿਰਫ ਇਹ ਤਿੰਨ ਚੀਜ਼ਾਂ ਜਿਹੜੀਆਂ ਆ obesidad, smoking, alcohol ਇਹ ਤਿੰਨ ਚੀਜ਼ਾਂ ਦਾ ਹੀ ਰੋਲ ਨਾਰਮਲੀ ਨਾ ਹੁਣ ਅੱਜ ਦੀ ਗੱਲ ਕਰੀਏ ਤਾਂ ਯੂਥ ਦੀ ਜੇ ਮੈਂ ਗੱਲ ਕਰਾਂ ਤਾਂ ਯੂਥ ਦੇ ਵਿੱਚ ਨਾ ਇੱਕ ਚੀਜ਼ ਚਾਹੀ ਆਪਾਂ ਕਹ ਲਈਏ ਕਿ ਸੋਸ਼ਲ ਮੀਡੀਆ ਦਾ ਇਨਫਲੂਐਂਸ ਹੈ ਜਾਂ ਕਿਸੇ ਹੋਰ ਚੀਜ਼ਾਂ ਦਾ ਇਨਫਲੂਐਂਸ ਹੈ ਉਹਨਾਂ ਦੇ ਵਿੱਚ ਇਹ ਚੀਜ਼ ਬਹੁਤ ਹੁੰਦੀ ਹੈ ਕਿ ਜੀ ਮੇਰਾ ਸਾਈਜ਼ ਬਹੁਤ ਛੋਟਾ ਹੈ ਉਹਦੇ ਕਰਕੇ ਉਹਨਾਂ ਨੂੰ ਕਹਿ ਲੋ ਕਿ ਆਪਣੇ ਆਪ ਨੂੰ ਸ਼ੇਮ ਹੋਣ ਲੱਗ ਜਾਂਦੀ ਹੈ ਬਟ ਕੀ ਉਹਦੇ ਨਾਲ ਅੱਗੇ ਜਾ ਕੇ ਮੈਰਿਡ ਲਾਈਫ ਤੇ ਕੋਈ ਫਰਕ ਪੈਂਦਾ ਦੇਖੋ ਜਿਵੇਂ ਤੁਸੀਂ ਆਪ ਹੀ ਦੱਸ ਰਹੇ ਹੋ ਜੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾ ਕੰਪੈਰੀசன் ਬਹੁਤ ਜ਼ਿਆਦਾ ਚੱਲ ਰਿਹਾ ਹੈ ਅੱਜਕੱਲ। ਠੀਕ ਹੈ ਨਾ ਤਾਂ ਜੇ ਆਪਾਂ ਸਾਇੰਟਿਫਿਕ ਗੱਲ ਕਰੀਏ ਤਾਂ ਜੋ ਮੇਲ ਰੀਪਰੋਡਕਟਿਵ ਆਰਗਨ ਜਿਹੜਾ ਪੀਨਿਸ ਸਾਈਜ਼ ਹੈ ਉਹ ਜੋ ਰੱਬ ਨੇ ਪਹਿਲਾਂ ਪ੍ਰੀ ਡਿਫਾਈਨਡ ਹੈ ਇੱਕ ਤਰ੍ਹਾਂ ਨਾਲ ਉਹ ਜਦੋਂ ਪਿਊਬਰਟੀ ਦੀ ਏਜ ਆਪਾਂ ਕ੍ਰਾਸ ਕਰਦੇ ਹਾਂ 13-14 ইয়ারਜ਼ ਦੀ ਏਜ ਕ੍ਰਾਸ ਕਰਦੇ ਹਾਂ ਅਪ ਟੂ ਦੀ ਏਜ ਆਫ 18 ইয়ারਜ਼ ਜੋ ਆਪਣਾ ਸਾਈਜ਼ ਫਾਈਨਲ ਹੋ ਗਿਆ ਹੈ ਰੀਪਰੋਡਕਟਿਵ ਆਰਗਨ ਦਾ ਉਹ ਉਨਾ ਹੀ ਰਹੇਗਾ। ਉਹਨੂੰ ਆਪਾਂ ਘਟਵਾਦ ਨਹੀਂ ਕਰ ਸਕਦੇ ਹੈਗੇ। ਜੇ ਆਪਾਂ ਸਾਇੰਟਿਫਿਕਲੀ ਗੱਲ ਕਰੀਏ ਤਾਂ ਇੱਕ ਹੈਲਦੀ ਮੈਰਿਡ ਲਾਈਫ ਵਾਸਤੇ ਜੋ ਪੀਨੀਸ ਸਾਈਜ਼ ਹੈ ਮਿਨਿਮਮ ਰਿਕੁਆਇਰਡ ਇਸ 4 ਸੈਂਟੀਮੀਟਰ 4 ਸੈਂਟੀਮੀਟਰ ਸਮਝਦੇ ਹੋ ਤਾਂ ਆਪਣਾ ਇੰਡੀਅਨ ਮੇਲ ਐਵਰੇਜ ਸਾਈਜ਼ ਤੋਂ ਕਿਤੇ 4 ਸੈਂਟੀਮੀਟਰ ਤੋਂ ਤਾਂ ਕਿਤੇ ਜ਼ਿਆਦਾ ਹੈ ਤਾਂ ਉਹ ਇੱਕ ਮਿਥ ਹੈ ਇੱਕ ਜਿਵੇਂ ਕਹਿ ਲਓ ਇਨਸਿਕਿਉਰਟੀ ਹੈ ਦਿਮਾਗ ਦੇ ਵਿੱਚ ਯੂਥ ਦੇ ਕਿ ਜਦੋਂ ਯੂਥ ਆਪਣੇ ਫਰੈਂਡਸ ਦੇ ਨਾਲ ਗੱਲ ਕਰਦੀ ਹੈ ਤਾਂ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਗਲਤ ਹੈ ਚੀਜ਼ ਠੀਕ ਹੈ ਨਾ ਤਾਂ ਜੇ ਸਾਇੰਸ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੋ ਐਵਰੇਜ ਇੰਡੀਅਨ ਸਾਈਜ਼ ਹੈ ਥੈਟ ਇਜ਼ ਸਫੀਸ਼ੀਐਂਟ ਫੋਰ A ਹੈਲਦੀ ਮੈਰਿਡ ਲਾਈਫ ਅ ਦੂਜੇ ਪਾਸੇ ਗੱਲ ਕਰੀਏ ਤਾਂ ਇੱਕ ਚੀਜ਼ ਦੀ ਹੋਰ ਬਹੁਤ ਜੜੀ ਆ ਉਹ ਆਪਾਂ ਗੱਲ ਕਰੀਏ ਪ੍ਰੋਬਲਮ ਹੁੰਦੀ ਹੈ ਮੈਸਟਰਬੇਸ਼ਨ ਦੀ ਬੜੇ سارے ਜਿਹੜੇ ਬੱਚੇਜ਼ ਨੇ ਉਹਨਾਂ ਨੂੰ ਇਹ ਕਹਿ ਲੋ ਕਿ ਆਦਤ ਪੈ ਜਾਂਦੀ ਹੈ ਜਾਂ ਫਿਰ ਬਹੁਤ ਸਾਰੇ ਜਿਹੜੇ ਨੇ ਉਹ ਕੋਈ ਨਾ ਕੋਈ ਨੁਕਸਾਨ ਕਰਾ ਬੈਠਦੇ ਨੇ ਆਪਣਾ ਬੜੀਆਂ ਥਾਵਾਂ ਤੇ ਜਦੋਂ ਨੈਟ ਤੇ ਸਰਚ ਕਰਦੇ ਆ ਨਾ ਤੇ ਉੱਥੇ ਸਾਹਮਣੇ ਆਉਂਦਾ ਹੈ ਕਿ ਜੀ ਇਹਦੇ ਬੈਨੀਫਿਟਸ ਵੀ ਬਹੁਤ ਨੇ ਕਿਤਾ ਬੱਚੇ ਕਹਿੰਦੇ ਨੇ ਕਿ ਠੀਕ ਹੈ ਤੇ ਬੈਨੀਫਿਟਸ ਨੇ ਕੋਈ ਗੱਲ ਨਹੀਂ ਕਰੀ ਚਲੋ ਬਟ ਕੀ ਇਹ ਹੁੰਦਾ ਹੈ ਇਹਦੇ ਨਾਲ ਬੈਨੀਫਿਟ ਹੈ ਕੋਈ ਕਿ ਇਹ ਨੁਕਸਾਨ ਹੁੰਦਾ ਹੈ ਇਹਦੇ ਨਾਲ ਦੇਖੀਏ ਸਾਇੰਟੀਫਿਕਲੀ ਗੱਲ ਕਰੀਏ ਤਾਂ ਮੈਸਟੂਬੇਸ਼ਨ ਕਰਨ ਨਾਲ ਤੁਹਾਡੀ ਆਉਣ ਵਾਲੀ ਮੈਰਿਡ ਲਾਈਫ ਤੇ ਕੋਈ ਫਰਕ ਨਹੀਂ ਪਈਗਾ ਨਾ ਹੀ ਤੁਹਾਡੀ ਫਰਟੀਲਿਟੀ ਤੇ ਕੋਈ ਫਰਕ ਪਈਗਾ ਇੱਕ ਜਿਵੇਂ ਕਹ ਲੋ ਕਿ ਜਦੋਂ ਮੇਲ ਪੇਸ਼ੈਂਟ ਜਿਹੜਾ ਪਿਊਬਰਟੀ ਦੀ ਏਜ ਕ੍ਰਾਸ ਕਰ ਲੈਂਦਾ ਆਪਣੀ ਤਾਂ ਰੱਬ ਨੇ ਸਿਸਟਮ ਬਣਾਇਆ ਹੈ ਕਿ ਸੀਮਨ ਤਾਂ ਜੇ ਜਿਵੇਂ ਕਹ ਲਓ ਮੇਲ ਪੇਸ਼ੈਂਟ ਮੈਸਟਿਬੇਸ਼ਨ ਨਹੀਂ ਕਰੇਗਾ ਤਾਂ ਥੋੜੀ ਜੀ ਉਹਨੂੰ ਪ੍ਰੋਬਲਮ ਆਏਗੀ ਨਾਈਟ ਫਾਲ ਦੀ ਠੀਕ ਹੈ ਨਾ ਤਾਂ ਉਹ ਨਾਈਟ ਫਾਲ ਫਿਰ ਉਹਦੇ ਕਰਕੇ ਪੇਸ਼ੈਂਟ ਕਨਸਰਨ ਹੋ ਜਾਂਦਾ ਕਿ ਨਾਈਟ ਫਾਲ ਹੋ ਰਹੀ ਹੈ ਜੀ ਉਹਦੇ ਕਰਕੇ ਮੇਰੀ ਸ਼ਰੀਰਿਕ ਕਮਜ਼ੋਰੀ ਤਾਂ ਨਹੀਂ ਕੋਈ ਆ ਜਾਏਗੀ ਇਹ ਬਿਲਕੁਲ ਨਾਰਮਲ ਪ੍ਰੋਸੈਸ ਨੇ ਜੀ ਰੱਬ ਗੰਨਿਓ ਹੀ ਬਣਾਏ ਹੋਏ ਨੇ ਮੈਸਟਿਬੇਸ਼ਨ ਦੀ ਕੋਈ ਜਿਵੇਂ ਕਹ ਲਓ ਕਿ ਵੀ ਜਿਵੇਂ ਜਿੰਨਾ ਦਿਲ ਕਰਦਾ ਹੈਗਾ ਪੇਸ਼ੈਂਟ ਦਾ ਉਨੀ ਕਰ ਸਕਦਾ ਹੈ ਇਹਦੇ ਨਾਲ ਤੁਹਾਡੀ ਆਫਟਰ ਮੈਰਿਜ ਲਾਈਫ ਤੇ ਤੁਹਾਡੀ ਨਾਰਮਲ ਸੈਕਸ਼ੁਅਲ ਲਾਈਫ ਤੇ ਕੋਈ ਫਰਕ ਨਹੀਂ ਪਈਗਾ ਬਟ ਇਹਦੇ ਨਾਲ ਕੋਈ ਵੀਕਨੈਸ ਵੀ ਆਉਂਦੀ ਹੈ ਕਿਉਂਕਿ ਬੜੀ ਵਾਰੀ ਦੇਖਿਆ ਕਿ ਬੱਚੇ ਜਿਹੜੇ ਨੇ ਨਾ ਉਹ ਇਸ ਚੀਜ਼ ਨੂੰ ਲੈ ਕੇ ਬੜੇ ਕਨਸਰਨਡ ਹੁੰਦੇ ਨੇ ਕਿ ਕਿਸੇ ਨੂੰ ਆਦਤ ਇੰਨੀ ਲੱਗ ਗਈ ਕਿ ਉਹ ਓਵਰ ਹੋ ਗਿਆ ਕੰਮ ਤਾਂ ਉਹ ਬੜੀ ਵੀਕਨੈਸ ਬੋਡੀ ਦੇ ਵਿੱਚ ਆ ਜਾਂਦੀ ਹੈ ਦੇਖੋ ਆਦਤ ਦੀ ਗੱਲ ਕਰੀਏ ਤਾਂ ਨਾਰਮਲ ਜਿਵੇਂ ਕਹ ਲੋ ਟਵਾਈਸ ਅ ਥਰਾਈਸ ਅ ਵੀਕ ਇਜ਼ ਅ ਨਾਰਮਲ ਥਿੰਗ ਮੈਸਟਿਬੇਸ਼ਨ ਜੇ ਉਸ ਤੋਂ ਜ਼ਿਆਦਾ ਹੈ ਤਾਂ ਹ ਇੱਕ ਸਾਈਕੋਲੋਜਿਸਟ ਨੂੰ ਮਿਲਣਾ ਚਾਹੀਦਾ ਹੈ ਕਿ ਹਾਂਜੀ ਵੀ ਜ਼ਿਆਦਾ ਅਰਜ ਹੈ ਪੇਸ਼ੈਂਟ ਨੂੰ ਤਾਂ ਉਹ ਇੱਕ ਨਾਰਮਲ ਲਿਮਿਟ ਲਗਾਉਣਾ ਉਸ ਸੀਜ਼ ਤੇ ਬੜੀ ਮੁਸ਼ਕਿਲ ਜੀ ਗੱਲ ਹੈ ਠੀਕ ਹੈ ਨਾ ਆਪੇ ਇੱਕ ਮੈਰਿਡ ਪਰਸਨ ਨੂੰ ਇਹ ਕਦੇ ਕੁਐਸਚਨ ਨਹੀਂ ਕਰਦੇ ਵੀ ਹਾਂਜੀ ਤੁਸੀਂ ਹਫਤੇ ਦੇ ਵਿੱਚ ਸੈਕਸ ਇੰਨਾ ਜ਼ਿਆਦਾ ਕਿਉਂ ਕਰ ਰਹੇ ਹੋ ਤਾਂ ਫਿਰ ਮੈਸਟਿਬੇਸ਼ਨ ਜੀ ਵੀ ਇਹ ਕੁਐਸਚਨ ਨਹੀਂ ਆਣਾ ਚਾਹੀਦਾ ਠੀਕ ਹੈ ਨਾ ਇਹ ਨਹੀਂ ਹੈ ਕਿ ਮੈਸਟਿਬੇਸ਼ਨ ਕਰਨ ਨਾਲ ਆਪਣੇ ਸਰੀਰ ਚ ਕੋਈ ਪ੍ਰੋਟੀਨ ਨਿਕਲ ਰਿਹਾ ਵੀ ਕੋਈ ਕੋਈ ਸਰੀਰੀ ਕਮਜ਼ੋਰੀ ਆ ਜਾਏਗੀ ਇਦਾਂ ਦੀ ਗੱਲ ਨਹੀਂ ਹੈ ਇਨਫਰਟੀਲਿਟੀ ਦੀ ਗੱਲ ਕਰ ਲਈਏ ਤਾਂ ਇਹ ਵੀ ਅੱਜਕੱਲ ਬਹੁਤ ਪ੍ਰੋਬਲਮ ਹੋ ਰਹੀ ਹੈ ਬਹੁਤ ਸਾਰੇ ਜਿਹੜੇ ਮੇਲਸ ਨੇਗੇ ਉਹ ਡੂ ਟੂ ਮੈਨੀ ਰੀਜ਼ਨਸ ਜਿਹੜਾ ਹੈ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਆਂਦੀ ਹੈ ਮੈਰਿਜ ਤੋਂ ਬਾਅਦ ਜਾ ਕੇ ਉਦੋਂ ਜਾ ਕੇ ਕਈ ਵਾਰੀ ਬੰਦੇ ਨੂੰ ਪਤਾ ਲੱਗਦਾ ਕਿ ਮੇਰੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਪਹਿਲਾਂ ਪਤਾ ਹੀ ਨਹੀਂ ਹੁੰਦਾ ਤਾਂ ਉਹਦੇ ਕੀ ਕੀ ਕਾਰਨ ਜਿਹੜੇ ਆ ਉਹ ਹੈਗੇ ਦੇਖੀਏ ਮੇਲ ਇਨਫਰਟੀਲਿਟੀ ਦੇ ਵਿੱਚ ਮੋਸਟਲੀ ਜਿਹੜਾ ਇੱਕ ਫੈਕਟਰ ਦੇਖਿਆ ਗਿਆ ਉਹ ਹੈ স্মੋਕਿੰਗ ਦੂਸਰਾ ਜੰਕ ਫੂਡ ਦਾ ਵੀ ਓਬੈਸਟੀ ਜਿਵੇਂ ਆਪਾਂ ਕਹਿ ਸਕਦੇ ਹਾਂ ਉਹ ਵੀ ਇਫੈਕਟ ਕਰਦੀ ਹੈ ਮੇਲ ਫਰਟੀਲਿਟੀ ਨੂੰ ਉਸ ਤੋਂ ਬਾਅਦ ਇੱਕ ਕੰਡੀ ਵੇਰੀਕੋਸੀਲ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਦੇਖਿਆ ਹੋਣਾ ਕਿ ਕਈ ਲੋਕਾਂ ਦੀ ਲੱਤਾਂ ਦੀਆਂ ਨਾੜਾਂ ਬਹੁਤ ਫੁੱਲੀਆਂ ਹੁੰਦੀਆਂ ਨੇ ਕੁਛੇ ਟਾਈਪ ਬਣੇ ਹੁੰਦੇ ਉਹਨੂੰ ਵੈਰੀਕੋਜ਼ ਵੇਨ ਕਹਿੰਦੇ ਆਪਾਂ ਉਸੇ ਤਰ੍ਹਾਂ ਦੀ ਹੀ ਕੰਡੀਸ਼ਨ ਇੱਕ ਵੈਰੀਕੋਸੀਲ ਹੈ ਜਿਹਦੇ ਵਿੱਚ ਕੀ ਆਪਣੇ ਜਿਹੜੇ ਮੇਲ ਟੈਸਟਿਸ ਹੈਗੇ ਆ ਉਹਦੇ ਅਰਾਊਂਡ ਜਿਹੜੀਆਂ ਵੈਸਲਜ਼ ਨੇ ਉਹ ਫੁੱਲ ਜਾਂਦੀਆਂ ਨੇ ਉਹਦੇ ਕਰਕੇ ਜਿਹੜੀ ਟੈਸਟਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਘਟ ਜਾਂਦੀ ਹੈ ਉਹਦੇ ਕਰਕੇ ਜਿਹੜੀ ਸੀਮਨ ਦੀ ਕੁਆਲਿਟੀ ਹੈ ਘਟ ਜਾਂਦੀ ਹੈ ਉਹਦੇ ਕਰਕੇ ਕਈ ਵਾਰੀ ਬੱਚਾ ਕਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਤਾਂ ਜਿਹੜੇ ਉਹ ਪੇਸ਼ੈਂਟਸ ਨੇ ਵੈਰੀਕੋਸੀਲ ਵਾਲੇ ਜਿਨ੍ਹਾਂ ਦੇ ਵਿੱਚ ਬਚਾ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੂੰ ਇੱਕ ਸਰਜਰੀ ਹੁੰਦੀ ਹੈ ਮਾਈਕਰੋਸਕੋਪਿਕ ਵੈਰੀਕੋਸੇਲੈਕਟਮੀ ਜਾਂ ਵੈਰੀਕੋਸੇਲ ਰਿਪੇਅਰ ਕਹਿੰਦੇ ਆਪਾਂ ਉਹਦੇ ਜ਼ਰੂਰਤ ਉਹਨਾਂ ਨੂੰ ਪੈਂਦੀ ਹੈ ਤਾਂ ਉਹਦੇ ਵਿੱਚ ਆਪਾਂ ਜਿਹੜੀਆਂ ਨਾੜਾਂ ਫੁੱਲੀਆਂ ਨੇ ਉਹਨਾਂ ਨੂੰ ਅੰਡਰ ਮਾਈਕਰੋਸਕੋਪ ਆਪਾਂ ਵਿਦਾਊਟ ਡੈਮੇਜਿੰਗ ਅਦਰ ਸਟਰਕਚਰਸ ਉਹਨਾਂ ਨੂੰ ਆਪਾਂ ਪੰਨਾ ਹੁੰਦਾ ਤਾਂ ਕਿ ਉਹ ਜਿਹੜਾ ਟੈਸਟਿਸ ਦੇ ਅਰਾਊਂਡ ਜਿਹੜੀਆਂ ਫੁੱਲੀਆਂ ਵੈਸਲਸ ਨੇ ਉਹ ਠੀਕ ਹੋ ਜਾ ਅੱਜਕੱਲ ਨਾ ਇਹ ਜਦੋਂ ਪ੍ਰੋਬਲਮ ਆਂਦੀ ਹੈ ਕਿਸੇ ਨੂੰ ਤਾਂ ਇੱਕ ਡਾਕਟਰ ਕੋਲੇ ਜਾਣ ਲੱਗਿਆ ਬੰਦਾ ਜਿਹੜਾ ਬੜਾ ਥੋੜਾ ਜਿਹਾ ਸ਼ੇਮ ਫੀਲ ਕਰਦਾ ਕਿ ਕੋਈ ਪ੍ਰੋਬਲਮ ਹੈਗੀ ਹੈ ਉਹਨੂੰ ਤਾਂ ਡਾਕਟਰ ਕੋਲੇ ਨਹੀਂ ਜਾਂਦੇ ਤਾਂ ਕੀ ਕਰਦੇ ਆ ਘਰੇ ਹੀ ਬੈਠੇ ਨੈਟ ਤੋਂ ਕੋਈ ਨਾ ਕੋਈ ਇਦਾਂ ਦਾ ਆਇਲ ਜਿਹੜਾ ਆਰਡਰ ਕਰ ਲਿਆ ਕੋਈ ਦਵਾਈ ਇਦਾਂ ਦੀ ਮੰਗਾਲੀ ਘਰੇ ਹੀ ਜਿਹੜਾ ਆਪਣੇ ਆਪ ਐਕਸਪੈਰੀਮੈਂਟ ਕਰੀ ਗਏ ਉਹਦਾ ਕਿੰਨਾ ਨੁਕਸਾਨ ਹੋ ਜਾਂਦਾ ਬਿਲਕੁਲ ਜੀ ਦੇਖੋ ਜਿਵੇਂ ਕਹ ਲੋ ਕਿ ਜੋ ਵੀ ਮੈਡੀਸਿਨਸ ਆਪਾਂ ਪ੍ਰੈਸਕ੍ਰਾਈਬ ਕਰਦੇ ਹਾਂ ਐਜ਼ ਅ ਡਾਕਟਰ ਸਾਨੂੰ ਪਤਾ ਹੁੰਦਾ ਹੈ ਕਿ ਇਸ ਮੈਡੀਸਿਨ ਦੇ ਕੀ ਸਾਈਡ ਇਫੈਕਟਸ ਨੇ ਅਸੀਂ ਪੇਸ਼ੈਂਟ ਨੂੰ ਜਦੋਂ ਆਪਾਂ ਕੋਈ ਪ੍ਰਸਕ੍ਰਾਈਬ ਕਰ ਰਹੇ ਆ ਮੈਡੀਸਿਨ ਉਹਨਾਂ ਨੇ ਦੱਸੀਦਾ ਕਿ ਹਾਂਜੀ ਇਹ ਸਾਈਡ ਇਫੈਕਟਸ ਜੇ ਆਉਂਦੇ ਨੇ ਤਾਂ ਤੁਸੀਂ ਇਹ ਮੈਡੀਸਿਨ ਬੰਦ ਕਰਨੀ ਹੈ ਤਾਂ ਜੇ ਆਪਾਂ ਸੈਲਫ ਮੈਡੀਸਿਨ ਮੈਡੀਕੇਸ਼ਨ ਕਰਾਂਗੇ ਆਨਲਾਈਨ ਜੋ ਵੀ ਆਪਾਂ ਮੰਗਵਾ ਰਹੇ ਆ ਆਪਾਂ ਨੂੰ ਕੁਝ ਨਹੀਂ ਪਤਾ ਕਿ ਉਹਦੇ ਕੀ ਸਾਈਡ ਇਫੈਕਟਸ ਨੇ ਉਹਦੇ ਕੀ ਇਫੈਕਟ ਆਣਗੇ ਤਾਂ ਹਮੇਸ਼ਾ ਮੈਂ ਆਪਦੇ ਪੇਸ਼ੈਂਟਸ ਨੂੰ ਕਹਿੰਨਾ ਹੈ ਕਿ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਹੈ ਆਪਦੇ ਡਾਕਟਰ ਤੇ ਭਰੋਸਾ ਰੱਖੋ ਉਹ ਤੁਹਾਨੂੰ ਬਿਲਕੁਲ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਦਾ ਪੇਸ਼ੈਂਟ ਬਿਲਕੁਲ ਠੀਕ ਹੋਵੇ ਕਿ ਆਪਣੇ ਮਰਜ਼ੀ ਦੇ ਸਾਹਬ ਨਾਲ ਕੋਈ ਮੈਡੀਸਿਨ ਸਰ ਮੈਲਸ ਦੇ ਵਿੱਚ ਵੀ ਇਦਾਂ ਦਾ ਕੋਈ ਇੱਕ ਟਾਈਮ ਹੁੰਦਾ ਜਿਵੇਂ ਫੀਮੇਲਸ ਕਿਹਾ ਜਾਂਦਾ ਕਿ ਹਾਂ ਇੱਕ ਟਾਈਮ ਤੋਂ ਬਾਅਦ ਆ ਕੇ ਜਿਹੜਾ ਹੈ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਅੱਗੇ ਸੀਮਨ ਜਨਰੇਟ ਹੁੰਦਾ ਉਹਦੇ ਅੰਦਰ ਜਾਂ ਜੋ ਵੀ ਹੈ ਮੈਲਸ ਦੇ ਵਿੱਚ ਵੀ ਇਦਾਂ ਦੀ ਕੋਈ ਹੁੰਦੀ ਹੈ ਕਿ ਇੱਕ ਏਜ ਲਿਮਿਟ ਤੋਂ ਬਾਅਦ ਜਾ ਕੇ ਉਹਨਾਂ ਨੂੰ ਜਿਹੜਾ ਪ੍ਰੋਬਲਮ ਆਉਂਦੀ ਹੈ ਜੀ ਨਹੀਂ ਆਪਾਂ ਮੀਨੋਪੌਜ਼ ਦੀ ਗੱਲ ਕਰ ਰਹੇ ਹਾਂ ਬੇਸਿਕਲੀ ਕਿ ਫੀਮੇਲਸ ਦੇ ਵਿੱਚ ਜਿਵੇਂ ਕਹ ਲੋ 55 ਦੀ ਏਜ ਐਵਰੇਜ ਆਪਾਂ ਮੰਨ ਕੇ ਚੱਲਦੇ ਹਾਂ ਕਿ ਮੀਨੋਪੌਜ਼ ਆ ਜਾਂਦਾ ਹੈ ਮੀਨੋਪੌਜ਼ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਵਿੱਚ ਐਗ ਬੰਨਾ ਬੰਦ ਹੋ ਜਾਂਦਾ ਹੈ ਪਰ ਮੇਲズ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਹੁੰਦੀ ਹੈ ਜੋ ਹੁਣ ਤੱਕ ਦੀ ਸਟੱਡੀਜ਼ ਆ ਉਹਦੇ ਸਾਬ ਨਾਲ ਅਪ ਟੂ 85 ইয়ার্স ਦੀ এজ ਤੱਕ ਵੀ ਜਿਹੜੇ ਮੇਲ ਪੇਸ਼ੈਂਟਸ ਹੈਗੇ ਨੇ ਉਹ ਨਾਰਮਲ ਸੀਮਨ ਪ੍ਰੋਡਕਸ਼ਨ ਕਰਦੇ ਰਹਿੰਦੇ ਨੇ ਤਾਂ ਐਂਡਰੋਪੋਜ਼ ਵਾਲੀ ਜਿਹੜੀ ਹੈ ਕਿ ਨੈਚੁਰਲ ਚੀਜ਼ ਕੋਈ ਨਹੀਂ ਹੈ ਪਰ ਹਾਂ ਕੁਝ ਬਿਮਾਰੀਆਂ ਹੁੰਦੀਆਂ ਨੇ ਜਿਹਦੇ ਵਿੱਚ ਕੀ ਇਹ ਐਜ਼ ਅ ਟ੍ਰੀਟਮੈਂਟ ਆਪਾਂ ਯੂਜ਼ ਕਰਦੇ ਆ ਜਿਵੇਂ ਕਿ ਪ੍ਰੋਸਟੇਟ ਕੈਂਸਰ ਜਿਵੇਂ ਹੋਵੇ ਮੰਨ ਲਓ ਸਟੇਜ 4 ਦੇ ਵਿੱਚ ਆ ਜਾਂ ਕੋਈ ਪੇਸ਼ੈਂਟ ਹੈ ਜਿਹਦੇ ਵਿੱਚ ਆਪਾਂ ਸਰਜਰੀ ਨਹੀਂ ਕਰ ਸਕਦੇ ਪ੍ਰੋਸਟੇਟ ਕੈਂਸਰ ਲਈ ਤਾਂ ਉਹਨਾਂ ਦੇ ਵਿੱਚ ਆਪਾਂ ਮੈਡੀਕਲੀ ਜਾਂ ਸਰਜਿਕਲੀ ਐਂਡਰੋਪੋਜ਼ ਲੈ ਕੇ ਆਨੇ ਆ ਤਾਂ ਕਿ ਉਹ ਪ੍ਰੋਸਟੇਟ ਕੈਂਸਰ ਦੀ ਸਪੀਡ ਘਟੇ ਤੇ ਸਰ ਜਿਹੜੇ ਹੁਣ ਮੇਲਸ ਨੇ ਉਹਨਾਂ ਨੇ ਅਗਰ ਅਗੇਨ ਆਪਣਾ ਸੀਮਨ ਦਾ ਜਿਹੜਾ ਕੁਆਲਿਟੀ ਆ ਉਹ ਅੱਛੀ ਕਰਨੀ ਹੈ ਤਾਂ ਉਹਨਾਂ ਨੂੰ ਕਿਹੜੇ ਕਿਹੜੇ ਆਪਣੇ ਹਾਇਬਿਟਸ ਦੇ ਵਿੱਚ ਜਿਹੜਾ ਚੇਂਜ ਕਰਨਾ ਪਏਗਾ ਆਪਾਂ ਡਾਈਟ ਦੀ ਗੱਲ ਕਰ ਲਈਏ ਜਾਂ ਆਪਾਂ ਐਕਸਰਸਾਈਜ਼ ਦੀ ਗੱਲ ਕਰ ਲਈਏ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹ ਛੱਡਣੀ ਪਏਗੀ ਤੇ ਕਿਹੜੀ ਕਿਹੜੀ ਜਿਹੜੀ ਆ ਵਿੱਚ ਰੱਖਣੀ ਇਨਕਲੂਡ ਕਰਨੀ ਪਏਗੀ ਦੇਖੋ ਇੱਕ ਤਾਂ ਡਾਈਟਰੀ ਹੈਬਿਟਸ ਹੋ ਗਈ ਜੀ ਪਹਿਲਾਂ ਕਿ ਹੈਲਦੀ ਖਾਓ ਜੰਕ ਫੂਡ ਅਵੋਇਡ ਕਰੋ ਫਰੂਟਸ ਵੈਜੀਟੇਬਲ ਫਰੈਸ਼ ਫਰੂਟ ਵੈਜੀਟੇਬਲਸ ਉਹ ਉਹਦੀ ਕੰਜ਼ਮਪਸ਼ਨ ਜ਼ਿਆਦਾ ਰੱਖੋ ਸਮੋਕਿੰਗ ਬਿਲ ਤੇ ਇੱਕ ਖਾਸ ਤੌਰ ਤੇ ਜਿਵੇਂ ਜਿਹੜੇ professionally ਆ health ਦੇ ਤੌਰ ਤੇ gym jig ਵਗੈਰਾ ਆਪਾਂ ਜਾਣੇ ਆ ਤਾਂ ਉਥੇ gym trainer ਦੀ ਇਨਸਟਰਕਸ਼ਨ ਦੇ ਹਿਸਾਬ ਨਾਲ ਹੀ ਆਪਣੀ exercise ਕਰੋ ਜਿਵੇਂ squatting ਵਗੈਰਾ ਜੇ ਕਰਨੀ ਆ ਤਾਂ belts ਵਗੈਰਾ ਪ੍ਰੋਪਰ ਬਨ ਕੇ ਕਰੋ ਤਾਂ ਕਿ ਤੁਹਾਡਾ ਜਿਹੜਾ ਉਹ ਹਰਨੀਆਂ ਦੇ ਆ varicose veins ਹੋਣ ਦੇ ਚਾਂਸਸ ਘਟਣ ਕਈ ਸਰ ਜਿਵੇਂ gym ਦੀ ਆਪਾਂ ਗੱਲ ਕੀਤੀ gym ਦੇ ਵਿੱਚ ਕਈ ਇਦਾਂ ਦੇ ਜਿਹੜੇ ਕਹ ਲੋ steroids ਲੈਂਦੇ ਨੇ ਲੋਕ ਤੇ ਉਹਦੇ ਨਾਲ ਬਾਅਦ ਚੋਂ ਫਿਰ ਜਿਹੜਾ ਉਹ ਪ੍ਰੋਬਲਮ ਆਉਂਦੀ ਆ reproduction ਦੇ ਉੱਪਰ देखो जे आ, प्रोफेशनली जिम ਕਰ ਰਿਹਾ ਕੋਈ ਬੰਦਾ ਤਾਂ ਆਪਦੇ ਫਿਜ਼ੀਸ਼ੀਅਨ ਨੂੰ ਕੰਸਲਟ ਕਰਕੇ ਉਨੀ ਹੀ ਅਮਾਉਂਟ ਦੇ ਵਿੱਚ ਜੋ ਰਿਗਮੈਂਡਡ ਹੈ ਗਾਈਡਲਾਈਨਸ ਦੇ ਅਕੋਰਡਿੰਗ ਹੀ ਜੇ ਕੋਈ ਸਪਲੀਮੈਂਟ ਹੈਲਥ ਸਪਲੀਮੈਂਟ ਆਪਾ ਲੈਣਾ ਚਾਹੁੰਦੇ ਆ ਤਾਂ ਅਕੋਰਡਿੰਗ ਟੂ ਗਾਈਡਲਾਈਨਸ ਹੀ ਲੈਣਾ ਜੇ ਗਾਈਡਲਾਈਨਸ ਤੋਂ ਹਟ ਕੇ ਆਪਾਂ ਕੁਝ ਵੀ ਕਰਾਂਗੇ ਤਾਂ ਆਪਣੇ ਓਵਰਾਲ ਬੋਡੀ ਦੇ ਲਈ ਨੁਕਸਾਨਦਾਇਕ ਹੈ ਇਹ ਨਹੀਂ ਹੈ ਕਿ ਕੱਲੀ ਫਰਟੀਲਿਟੀ ਤੇ ਇਫੈਕਟ ਕਰੇਗਾ ਆਪਣੇ ਹੋਰ ਆਰਗਨਸ ਦੇ ਵੀ ਇਫੈਕਟ ਕਰ ਦਈਏ ਚੀਜ਼ ਹੋ ਠੀਕ ਹੈ ਸਰ ਥੈਂਕ ਯੂ ਤੁਸੀਂ ਆਪਣਾ ਟਾਈਮ ਦਿੱਤਾ ਤੇ ਆਡियंस ਨੂੰ ਜ਼ਰੂਰ ਸਾਨੂੰ ਉਮੀਦ ਹੋਏਗੀ ਕਿ ਤੁਸੀਂ ਕੁਝ ਨਾ ਕੁਝ ਸਿੱਖਿਆ ਹੋਏਗਾ ਕਿਉਂਕਿ ਇੱਕ ਆਪਾਂ ਹੈਲਥੀ ਲਾਈਫ ਜਿਹੜੀ ਆ ਉਹ ਜੀਣੀ ਅਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਬਿਮਾਰੀਆਂ ਜਿਹੜੀਆਂ ਨੇ ਨਾ ਸਾਡੇ ਕੋਲ ਇੰਨਾ ਟਾਈਮ ਹੈ ਕਿ ਬਿਮਾਰੀ ਲੱਗੇ ਤੇ ਅਸੀਂ ਉਹਦਾ ਇਲਾਜ ਕਰਾਈਏ ਤੇ ਨਾ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਜਿਹੜਾ ਇਲਾਜ ਕਰਵਾ ਸਕੀਏ ਪੇਰੈਂਟਸ ਜਿਹੜੇ ਉਹ ਅਲੱਗ ਦੁਖੀ ਹੁੰਦੇ ਨੇ ਬੱਚੇ ਅਲੱਗ ਦੁਖੀ ਹੁੰਦੇ ਨੇ ਫੈਮਿਲੀ ਪੂਰੀ ਡਿਸਟਰਬ ਹੋ ਜਾਂਦੀ ਹੈ ਤਾਂ ਪਹਿਲਾਂ ਹੀ ਆਪਾਂ ਕੋਸ਼ਿਸ਼ ਕਰੀਏ ਕਿ ਅਸੀਂ ਉਹ ਹੈਲਦੀ ਐਪੀਡ ਸਿਟੀਆਂ ਨੇ ਆਪਣੇ ਚ ਲੈ ਕੇ ਆਈਏ ਬਟ ਸਟਿਲ ਅਗਰ ਕੋਈ ਪ੍ਰੋਬਲਮ ਤੁਹਾਨੂੰ ਹੋ ਰਹੀ ਹੈ ਤੁਹਾਨੂੰ ਲੱਗਦਾ ਤਾਂ ਨਾਲ ਦੇ ਨਾਲ ਜਾ ਕੇ ਡਾਕਟਰ ਨੂੰ ਕੰਸਲਟ ਕਰੋ ਡਾਕਟਰ ਸਾਹਿਬ ਨੇ ਬਹੁਤ ਅੱਛਾ ਦੱਸਿਆ ਕਿ ਕਿਹੜੀ ਕਿਹੜੀਆਂ ਜੜੀਆਂ ਹੁਣ ਸਰਜਰੀਆਂ ਜਿਹੜੀਆਂ ਨਵੀਆਂ ਟੈਕਨੀਕਸ ਨੇ ਸਾਡੇ ਕੋਲੇ ਆ ਚੁੱਕੀਆਂ ਨੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਦਾ ਸੋਲੂਸ਼ਨ ਜਿਹੜਾ ਤੁਹਾਨੂੰ ਇਮੀਡੀਏ